एक लोकतांत्रिक देश है, परंतु जिला संगरूर के शहर दूरी में एमसी पद के चुनावों के दौरान यहां पर निष्पक्ष पत्रकारों पर दबाव बनाकर उन्हें कवरेज करने से रोका गया और एमएलए दलबीर सिंह गोल्डी गुंडा रूपी वर्करों ने साफ तौर पर सिटी प्रेस क्लब के प्रधान श्री संजीव उर्फे लवली जी को धमकाया भी गया और कहा कि हम आपकी उम्र का लिहाज करते हैं वरना आपसे दो दो हाथ करके आपको बता देते कि हम क्या चीज़ है, हमारा रुतबा क्या है। यह सीधे तौर पर समाज के चौथे स्तंभ यानी पत्रकारिता को एक चुनौती है और यह कतई बर्दाश्त नहीं होगा। कोई सत्ता के नशे में चूर लीडर या उनके वर्कर प्रेस की आज़ादी को छीनने की कोशिश कर और हमारा पत्रकार भाईचारा इस घटना की घोर निंदा करते हैं। आज हमारे पत्रकार भाईचारे ने मिलकर डीएसपी धूरी को इस मामले में संबंधी एक लिखित शिकायत दी और हम प्रशासन से मांग करते हैं कि सिटी प्रेस क्लब के प्रधान श्री संजीव लवली जी को जल्द से जल्द न्याय मिले और धूरी शहर के विधायक दलबीर सिंह गोल्डी खुद अपनी गलती स्वीकार करें और अपने गुंडारूपी वर्करों पर खुद एक्शन ले, नहीं तो आने वाली 17 तारीख को एसएसपी संगरूर से मिलकर आगे की रणनीति तैयार की जाएगी। ये विचार आज़ाद प्रेस वेलफेयर क्लब प्रधान बलदेव सिंह जनुहा ने पत्रकारचीत के दौरान कहा। रिपोर्ट बाय अश्वनी भल्ला, समाचार इंडिया न्यूज पंजाब। ਸਾਡੇ ਆਜ਼ਾਦ ਪ੍ਰੈਸ ਵੈਲਫੇਅਰ ਕਲੱਬ ਦੇ ਪੇਜ 'ਤੇ ਸੁਬਹਾ ਸ਼੍ਰੀ ਸੰਦੀਪ ਸਿੰਗਲਾ ਲਵਲੀ ਜੀ ਜਿਹੜੇ ਸਿਟੀ ਪ੍ਰੈਸ ਕਲੱਬ ਧੂਰੀ ਦੇ ਪ੍ਰਧਾਨ ਨੇ ਉਹਨਾਂ ਦਾ ਮੈਂ ਇੱਕ ਮੈਸੇਜ ਪੜ੍ਹਿਆ ਕਿ ਉਹ ਕੱਲ੍ਹ ਕਿਸੇ ਵਾਰਡ ਦੇ ਵਿੱਚ ਕਵਰੇਜ ਕਰ ਰਹੇ ਸੀਗੇ, ਜਿਹੜਾ ਕਿ ਉਹਨਾਂ ਨੇ ਪਤਾ ਲੱਗਿਆ ਕਿ 3 ਨੰਬਰ ਵਾਰਡ ਸੀਗੀ, ਉੱਥੇ ਕਵਰੇਜ ਕਰ ਰਹੇ ਸੀ ਤਾਂ ਜਿਹੜੀ ਸੱਤਾਧਾਰੀ ਧਿਰ ਹੈ ਉਹਦੇ ਕੁਛ ਬੰਦਿਆਂ ਨੇ ਉਹਨਾਂ ਨੂੰ ਉੱਥੋਂ ਕਵਰੇਜ ਕਰਨ ਤੋਂ ਰੋਕਿਆ, ਉਹਨਾਂ ਦਾ ਕੈਮਰਾ ਖੋਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਕਿਹਾ ਵੀ ਤੇਰੀ ਉਮਰ ਦਾ ਲਿਹਾਜ਼ ਕਰਦਿਆਂ ਨਹੀਂ ਤਾਂ ਤੈਨੂੰ ਸੋਧ ਕੇ ਇੱਥੋਂ ਭੇਜ ਦੇ। ਸੋ ਇਹ ਗੱਲ ਜਦੋਂ ਮੈਨੂੰ ਪਤਾ ਲੱਗੀ ਤਾਂ ਮੈਂ ਉਹਨਾਂ ਨਾਲ ਸੰਪਰਕ ਕਰਕੇ ਦੇਖਿਆ, ਸੰਪਰਕ ਕਰਨ ਤੋਂ ਬਾਅਦ ਉੱਥੇ ਮੈਂ ਇੱਥੇ ਧੂਰੀ ਆਇਆ, ਧੂਰੀ ਆ ਕੇ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ ਜਿਹੜੀ ਹੈਗੀ ਇੱਕ ਲਿਖਤੀ ਸ਼ਿਕਾਇਤ ਹੈ ਜਿਹੜੀ ਇਸ ਵਿਸ਼ੇ ਬਾਬਤ DSP ਸਰਦਾਰ ਪਰਮਜੀਤ ਸਿੰਘ ਸੰਧੂ ਧੂਰੀ ਨੂੰ ਦਿੱਤੀ ਹੈ। ਉਹ ਬੜੇ ਸੁਣਿਆ ਉਹਨਾਂ ਬਾਰੇ ਕਿ ਆਪਣਾ ਉਹ ਹੈਗਾ ਜਿਹੜਾ ਅਮਰ ਪਸੰਦ ਜਿਹੜਾ ਹੈਗਾ ਪੁਲਿਸ ਅਫਸਰ ਨੇ, ਉਹਨਾਂ ਨੇ ਭਰੋਸਾ ਦਿੱਤਾ ਕਿ ਇਹ ਜਿਹੜਾ ਹੈਗਾ ਮਸਲੇ ਬਾਰੇ ਉਹ ਅੱਜ ਦਾ ਅੱਜ ਪੜਤਾਲ ਕਰਨਗੇ ਅਤੇ ਸਮਾਂ ਮਿਲਦੇ ਹੀ ਉਹ ਸਾਨੂੰ ਜਿਹੜਾ ਹੈਗਾ ਦੱਸਣਗੇ ਕਿ ਉਹ ਕੀ ਕਰ ਰਹੇ ਨੇ। ਵੀ ਅੱਜ ਕੱਲ੍ਹ ਸਿਆਸੀ ਉਤਾਰਾ ਚੱਲ ਰਿਹਾ, ਗੁੰਡਾਗਰਦੀ ਕਰਦੇ ਹੋ ਕਰੋ, ਪਰ ਜੇ ਤੁਸੀਂ ਥੋੜ੍ਹੇ ਜਿਹੀ ਹਿੰਮਤ ਹੈ ਗੁੰਡਾਗਰਦੀ ਕਰਨੀ ਤਾਂ ਪ੍ਰੈਸ ਨੂੰ ਕਵਰੇਜ ਕਰਨ ਤੋਂ ਨਾ ਰੋਕੋ। ਜੇ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਅੱਗੇ ਏਜੰਡਾ ਕੀ ਹੋਏਗਾ? ਅੱਗੇ ਏਜੰਡਾ 17 ਨੂੰ ਅਸੀਂ SSP ਸੰਗਰੂਰ ਨੂੰ ਮਿਲਾਂਗੇ, SSP ਸੰਗਰੂਰ ਤੋਂ ਬਾਅਦ ਫਿਰ ਸਮਾਂ ਲਾਵਾਂਗੇ, ਫਿਰ ਅੱਗੇ ਦੀ ਅੱਗੇ ਮਿਲਦੇ ਰਹਾਂਗੇ, ਕਿਉਂਕਿ ਇਹ ਸਿਲਸਿਲਾ ਜਿਹੜਾ ਪੱਤਰਕਾਰਾਂ ਨੂੰ ਧਮਕੀਆਂ ਦੇ ਦਿੰਦਾ ਇਹ ਲਗਾਤਾਰ ਵੱਧਦਾ ਜਾ ਰਿਹਾ ਇਹਨਾਂ ਸੱਤਾਧਾਰੀ ਲੋਕਾਂ ਵੱਲੋਂ ਅਤੇ ਕੁਛ ਸਾਡੇ ਪ੍ਰੈਸ ਦੇ ਜਿਹੜੇ ਨਵੇਂ ਦੇ ਨੇ ਕਹਿ ਲਓ ਕੁਛ ਚਾਹ ਬਰੂਸ ਕਹਿ ਲਓ ਜਾਂ ਕੁਛ ਗੋਦੀ ਮੀਡੀਆ ਜਿਹੜਾ ਅੱਜ ਕੱਲ੍ਹ ਨਵਾਂ ਇੱਕ ਟ੍ਰੈਂਡ ਚੱਲਿਆ ਗੋਦੀ ਮੀਡੀਆ, ਕੁਛ ਕੁ ਉਹ ਬੰਦੇ ਨੇ ਜਿਹੜੇ ਜੀ ਆ ਕੇ ਪ੍ਰਸ਼ਾਸਨ ਦੀ ਹਾਜ਼ਰੀ ਭਰਦੇ ਨੇ ਕਿ ਛੱਡੋ ਜੀ ਜਾਂ ਇਹਨਾਂ ਸਿਆਸੀ ਲੋਕਾਂ ਦੀ ਹਾਜ਼ਰੀ ਭਰਦੇ ਨੇ ਕਿ ਕੋਈ ਗੱਲ ਨਹੀਂ ਜੀ ਮੈਂ ਆਗਾ ਅਸੀਂ ਸਾਂਭ ਲਾਂਗੇ, ਉਹ ਤਾਂ ਆਏ ਨੇ ਉਹ ਤਾਂ ਆਏ ਨੇ, ਉਹਨਾਂ ਲੋਕਾਂ ਨੂੰ ਵੀ ਥੋੜ੍ਹਾ ਜਿਹਾ ਮੈਂ ਸੁਚੇਤ ਕਰਨਾ ਚਾਹੁੰਦਾ ਕਿ ਇਹ ਅੱਜ ਲਵਲੀ ਨਾਲ ਹੋਇਆ, ਕੱਲ੍ਹ ਨੂੰ ਵਾਰੀ ਤੁਹਾਡੀ ਹੈ। ਇਸ ਕਰਕੇ ਜਿਹੜੇ ਪ੍ਰਸ਼ਾਸਨ ਦੇ ਚਾਪਲੂਸ ਜੇ ਪੱਤਰਕਾਰ ਨੇ ਮੈਂ ਉਹਨਾਂ ਨੂੰ ਵੀ ਆਪਣਾ ਨਾਲ ਲਾਉਣਾ ਚਾਹੁੰਦਾ ਕਿ ਛੱਡ ਦਿਓ ਅੱਜ ਵਾਰੀ ਲਵਲੀ ਵੀ ਆਈ ਹੈ, ਕੱਲ੍ਹ ਨੂੰ ਤੁਹਾਡੀ ਆਊਗੀ, ਇਸੇ ਤਰ੍ਹਾਂ ਹੀ ਇਹ ਸਿਲਸਿਲਾ ਚੱਲਦਾ ਰਹੂਗਾ। ਜੇ ਤੁਸੀਂ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਹੱਕ 'ਚ ਆਵਾਜ਼ ਉਠਾਓ, ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਸਰਕਾਰੀ ਤੰਤਰ ਜਾਂ ਸੱਤਾਧਾਰੀ ਲੋਕ ਜਿਹੜੇ ਗੁੰਡਾਗਰਦੀ ਕਰ ਰਹੇ ਨੇ ਉਹਨਾਂ ਦੇ ਖਿਲਾਫ਼ ਤਾਂ ਆਵਾਜ਼ ਬੁਲੰਦ ਕਰੋ। ਮੈਂ ਲੋਕਲ ਕੁਛ ਸ਼ਹਿਰੀਆਂ ਨੂੰ ਜਾਣਦਾ ਕਰਦਾ, ਮੈਂ ਉਹਨਾਂ 'ਚ ਮਿਲਿਆ ਬੈਠਿਆ ਤਾਂ ਸਾਰੇ ਸ਼ਹਿਰ ਦੇ ਕੁਛ ਉਹ ਜਿਹੜੇ ਬੰਦੇ ਨੇ ਉਹ ਪਛਤਾ ਰਹੇ ਨੇ ਕਿ ਅਸੀਂ ਇੱਕ ਨੌਜਵਾਨ MLA ਨੂੰ ਜਿਹੜਾ ਹੈਗਾ ਨੌਜਵਾਨ ਨੂੰ ਵਿਧਾਇਕ ਚੁਣਿਆ ਸੀ ਆਪਦਾ, ਇਹ ਪਹਿਲੀ ਵਾਰੀ ਹੋਇਆ ਇਸ ਤਰ੍ਹਾਂ। ਕਹਿੰਦੇ ਅੱਜ ਤੋਂ ਪਹਿਲਾਂ ਕਦੇ ਨਹੀਂ ਧੂਰੀ ਦੇ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਹੋਈ, ਇਹ ਪਹਿਲੀ ਵਾਰੀ ਹੈ ਕਿ ਦਲਵੀਰ ਸਿੰਘ ਗੋਲਡੀ ਦੇ ਕਾਰਜਕਾਲ 'ਚ ਇਹ ਜਿਹੜੀ ਹੈਗੀ ਆ ਗੁੰਡਾਗਰਦੀ ਹੋਈ ਹੈ। ਸੋ ਸਾਰੀਆਂ ਸੁਣਿਆ ਸਿਆਸੀ ਪਾਰਟੀਆਂ ਵੀ ਤੰਗ ਨੇ, ਦੁਖੀ ਨੇ, ਉਹ ਵੀ ਧਰਨੇ ਧੁਰਨੇ ਲਾ ਰਹੀਆਂ ਨੇ, ਪਰ ਸਾਡਾ ਉਹਨਾਂ ਨਾਲ ਕੋਈ ਮਤਲਬ ਨਹੀਂ। ਅਸੀਂ ਤਾਂ ਮੈਂ ਤਾਂ ਗੋਲਡੀ ਨੂੰ ਵੀ ਇਹੀ ਕਹੂੰਗਾ ਕਿ ਪ੍ਰੈਸ ਨਾਲ ਜਿਸਨੇ ਵੀ ਵਿਗਾੜਿਆ ਉਹਨਾਂ ਦਾ ਕਿਤੇ ਨਾਮੋ ਨਿਸ਼ਾਨ ਵੀ ਨਹੀਂ ਰਿਹਾ। ਉਹ ਜਿਵੇਂ ਕਾਂਸੀ ਰਾਮ ਕੱਲੇ ਕਹਿ ਲਓ ਵੱਡੇ ਵੱਡੇ ਦਿੱਗਜ ਲੀਡਰ ਹੋਏ ਨੇ, ਜਿਨ੍ਹਾਂ ਨੇ ਪ੍ਰੈਸ ਵੱਲ ਉਂਗਲੀ ਕੀਤੀ ਹੈ ਉਹ ਉਂਗਲੀ ਪੁੱਠੀ ਮੁੜੀ ਹੈ। ਸੋ ਇਸ ਕਰਕੇ ਜੇ ਗੋਲਡੀ ਨੂੰ ਵੀ ਚਾਹੀਦਾ, ਵਿਧਾਇਕ ਨੂੰ ਵੀ ਚਾਹੀਦਾ ਕਿ ਜੇ ਉਹਦੇ ਬੰਦੇ ਨੇ ਅਜਿਹਾ ਕੁਛ ਕੀਤਾ ਤਾਂ ਉਹਨਾਂ 'ਤੇ ਉਹ ਐਕਸ਼ਨ ਲਵੇ ਅਤੇ ਇੱਕ ਆਪਣਾ ਜਿਹੜਾ ਹੈਗਾ ਵੀ ਚੰਗਾ ਇੱਕ ਵਧੀਆ ਇਨਸਾਨੀਅਤ ਵਾਲਾ MLA ਬਣ ਕੇ ਦਿਖਾਵੇ, ਉਹ ਖੁਦ ਹੀ ਉਹਨਾਂ ਦੇ ਖਿਲਾਫ਼ ਐਕਸ਼ਨ ਲਵੇ ਜਿਹੜੇ ਲੋਕਾਂ ਨੇ ਗਲਤ ਕੀਤਾ। ਇਹ ਉਹਦੀ ਡਿਊਟੀ ਬਣਦੀ MLA ਦੀ, ਉਹ ਜੇ ਉਹ ਐਸਾ ਕੁਛ ਨਹੀਂ ਕਰਦਾ ਤਾਂ ਸਮਝੋ ਉਹ ਸਾਰਾ ਕੁਛ ਹੋਇਆ ਤਾਂ ਉਹਦੇ ਰਹਿਨਮਾਈ ਹੇਠ ਹੋਇਆ। ਅਸੀਂ ਵਾਰਡ ਨੰਬਰ 3 ਦੇ ਵਿੱਚ
दो ढाई बजे कवर कर गए सी ਤਾਂ ਉੱਥੇ ਕਾਂਗਰਸੀ ਆਗੂ ਸੋਨੀ ਵਾਂਗਰੂ ਸੁਰਿੰਦਰ ਵਾਂਗਰੂ ਅਤੇ ਉੱਥੇ ਸ਼ੰਕਰ ਅਤੇ ਕਈ ਇਹਨਾਂ ਦੇ ਨੁਮਾਇੰਦੇ ਹੋਰ ਖੜ੍ਹੇ ਸੀ ਜਿਹੜੇ ਕਿ ਅਣਪਛਾਤੇ ਬੰਦੇ ਸੀ ਧੂਰੀ ਦੇ ਨਹੀਂ ਸੀ ਲੱਗਦੇ ਇਹਨਾਂ ਨੇ ਸਾਨੂੰ ਅੱਗੇ ਕਵਰਸ ਕਰਨ ਤੋਂ ਰੋਕਿਆ ਔਰ ਕਿਹਾ ਕਿ ਤੁਸੀਂ ਇੱਥੇ ਚਲੇ ਜਾਓ ਨਹੀਂ ਤਾਂ ਤੁਹਾਨੂੰ ਅਸੀਂ ਉਹ ਕਰਾਂਗੇ ਥੋੜ੍ਹੀ ਉਮਰ ਦਾ ਲਿਹਾਜ਼ ਕਰਦੇ ਹੋਏ ਤੁਹਾਨੂੰ ਅਸੀਂ ਬਖਸ਼ ਰਹੇ ਹਾਂ ਨਹੀਂ ਜੇ ਤੁਸੀਂ ਆਉਣ ਤਾਂ ਤੁਹਾਨੂੰ ਸੌ ਦਿੰਦੇ ਇਹਦੇ ਸੰਬੰਧੀ ਤੁਸੀਂ ਲਿਖਤੀ ਸ਼ਿਕਾਇਤ ਕੀਤੀ ਹੈ ਇਹਦੇ ਸੰਬੰਧੀ ਮੈਨੇ ਨਾਲ ਦੀ ਨਾਲ ਐਸ ਐਚ ਓ ਸੀ ਟੀ ਨੂੰ ਵੀ ਫੋਨ ਕੀਤਾ ਕਿ ਇੱਦਾਂ ਦਾ ਕਿ ਸਾਡੀ ਪੱਤਰਕਾਰਾਂ ਨੂੰ ਇਹ ਇੱਥੇ ਥਰੈਟਿੰਗ ਦੇ ਰਹੇ ਨੇ ਕਾਂਗਰਸੀ ਆਗੂਆਂ ਦੇ ਨੁਮਾਇੰਦੇ ਔਰ ਕੋਹਲੀ ਦੇ ਜਿਹੜੇ ਹੈਗੇ ਆ ਇਹ ਨੁਮਾਇੰਦੇ ਨੇ ਬੰਦੇ ਨੇ ਕੋਹਲੀ ਦੇ ਔਰ ਮੈਨੂੰ ਧੱਕੇ ਹੋਏ ਅਸੀਂ ਕੋਹਲੀ ਦੇ ਬੰਦਿਆਂ ਨੂੰ ਬਹੁਤ ਦੇਖਿਆ ਮੇਰੇ ਵੀ ਸਾਡੇ ਮੇਰੇ ਖੂਹ ਦੀ ਕੋਸ਼ਿਸ਼ ਕੀਤੀ ਗਈ ਆ ਔਰ ਮੈਨੂੰ ਧੱਕੇ ਨਾਲ ਉੱਤੇ ਧੱਕੇ ਦੇ ਕੇ ਇਹਨਾਂ ਨੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਅੱਜ ਅੱਜ ਅਸੀਂ ਆਪਣੇ ਪੰਜਾਬ ਦੇ ਪ੍ਰਧਾਨ ਪੰਜਾਬ ਆਜ਼ਾਦ ਵੈਲਫੇਅਰ ਕਲੱਬ ਦੇ ਪ੍ਰਧਾਨ ਜਨੂਹਾ ਸਾਹਿਬ ਦੇ ਨਾਲ ਅਸੀਂ ਔਰ ਮੇਰੇ ਹੋਰ ਵਰਕਰਸ ਆਪਣੇ ਪੱਤਰਕਾਰ ਸਾਥੀਆਂ ਦੇ ਨਾਲ ਅਸੀਂ DSP ਸਾਹਿਬ ਧੂਰੀ ਨੂੰ ਮਿਲੇ ਸੀਗੇ ਅਸੀਂ ਉਹਨਾਂ ਨੂੰ ਇਹ ਸਾਰੇ ਐਪੀਸੋਡ ਬਾਰੇ ਜਾਣਕਾਰ ਕਰਵਾਇਆ ਜਾਣੂ ਕਰਵਾਇਆ ਅਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਹੈ ਕਿ